बाणी दे गाने खड़के तड़के वाले मेरी मेरे ना बहुत बारी इस गल ते बहस हुई है भरावा इस चीज चो कढ़ा दे मैनू क्यों है ना कई बार हुंदा स्टेना दी हमेशा एक कंप्लेंट हुंदी सी बाणी सैट ते छेती नहीं ओपन अप हुंदी जदों नू मेरा गाना खत्म हुंदा सी उदों नू मैं जाके किसी आर्टिस्ट नाल कंफर्टेबल होना स्टार्ट हुंदी सी बिकॉज असल च की है मेरी भी शुरुआत पहला मूवीज तो ही होनी सी वीरे दी भी मूवी लिखन तो ही होनी सी है ना वीरा भी पहला मूवी ही लिखदा सी बाणी ने दस्या नहीं बाणी ने पहला एक मूवी कीती अर्धी के विच छड़ती सी दोवें विच छड़तियां सीगियां सब्सक्राइब करो साडा YouTube चैनल पंजाबी मीनिया ते अपने फोन ते नवीं वीडियोस देखण दे लई हिट करो बेल आइकन ਸ਼ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ ਤੇ ਮੈਂ ਤੁਹਾਡੇ ਨਾਲ ਨਵਜੋਤ ਦੋਸਤੋ 2 ਮਈ ਨੂੰ ਫਿਲਮ ਰਿਲੀਜ਼ ਹੋਣੀ ਆ ਮੈਡਲ ਉਸਦਾ ਟ੍ਰੇਲਰ ਹੁਣੇ ਹੁਣੇ ਰਿਲੀਜ਼ ਹੋਇਆ ਜੇ ਤੁਸੀਂ ਨਹੀਂ ਦੇਖਿਆ ਨਾ ਨਾਲ ਦੇ ਨਾਲ ਦੇਖ ਲਿਓ ਕਿਉਂਕਿ ਬਹੁਤ ਹੀ ਬਾਕਮਾਲ ਟ੍ਰੇਲਰ ਹੈ ਮੈਂ ਵੀ ਹੁਣੇ ਦੇਖਿਆ ਸੋ ਮੇਰੇ ਨਾਲ ਮੌਜੂਦ ਨੇ ਫਿਲਮ ਦੇ ਰਾਈਟਰ ਐਂਡ ਪ੍ਰੋਡਿਊਸਰ ਜਸਸੀ ਸਰ ਸਵਾਗਤ ਕਰ ਲੈਣੇ ਸਰ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸਵਾਗਤ ਜੀ ਮੈਨੂੰ ਵੈਸੇ ਤੁਹਾਡੀ ਆਵਾਜ਼ ਬਹੁਤ ਘੱਟ ਸੁਣਦੀ ਪਈ ਆ ਮੈਨੂੰ ਖੁਦ ਵੀ ਮੇਰੀ ਆਵਾਜ਼ ਬਹੁਤ ਘੱਟ ਸੁਣਦੀ ਪਈ ਹੈ ਕਿਉਂਕਿ ਸ਼ੋਰ ਜ਼ਿਆਦਾ ਹੈ ਨਾ ਜੀ ਹਾਂ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੇ ਲਈ ਪਹਿਲਾਂ ਤਾਂ ਫਿਲਮ ਦੇ ਲਈ ਤੁਹਾਨੂੰ ਵੀ ਮੁਬਾਰਕਾਂ ਜੀ ਬਿਲਕੁਲ ਵੈਸੇ ਕੀ ਮਾਈਂਡ ਦੇ ਵਿੱਚ ਆ ਰਿਹਾ ਸੀਗਾ ਫਿਲਮ ਨੂੰ ਲੈ ਕੇ ਜਦੋਂ ਫਿਲਮ ਲਿਖਣੀ ਸ਼ੁਰੂ ਕੀਤੀ ਜਾਂ ਕਿਉਂਕਿ ਤੁਸੀਂ ਅਸੀਂ ਤੁਹਾਨੂੰ ਮੋਸਟਲੀ ਗਾਣੇ ਲਿਖਦੇ ਦੇਖਿਆ ਹੈ ਅਸੀਂ ਮੋਸਟਲੀ ਬਟ ਫਿਲਮ ਦੇ ਲਈ ਕੀ ਸਪੈਸ਼ਲ ਰਿਹਾ ਤੁਹਾਡੇ ਲਈ ਬਸ ਜੀ ਮੇਰੇ ਟੌਪਿਕ ਆਇਆ ਮਾਈਂਡ ਦੇ ਵਿੱਚ ਤੇ ਮੈਨੂੰ ਵਧੀਆ ਲੱਗਾ ਅੱਛਾ ਮੈਨੂੰ ਲੱਗਾ ਇਹ ਤੇ ਕਰਨੀ ਚਾਹੀਦੀ ਆ ਕੋਈ ਵੀ ਟੌਪਿਕ ਆ ਜੇ ਵੈਸੇ ਇੱਕ ਵਾਰੀ ਦਿਲ ਕਰਦਾ ਹੁੰਦਾ ਕਿ ਯਾਰ ਆ ਬੜੀ ਘੈਂਟ ਚੀਜ਼ ਆ ਗਈ ਆ ਕਰੀਏ ਹਨਾ ਕੋਈ ਕੁਝ ਟੌਪਿਕ ਹੁੰਦੇ ਆ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਦਿਨ ਰਾਤ ਕੰਮ ਕਰਦੇ ਚੱਲੀ ਜਾਂਦੇ ਫਿਰ ਪਤਾ ਲੱਗਦਾ ਕਿ ਇਹ ਚੀਜ਼ ਵਧੀਆ ਹੈਗੀ ਆ ਕਰੀਏ ਤੇ ਤੁਹਾਨੂੰ ਸਭ ਵੀ ਟ੍ਰੇਲਰ ਦੇਖ ਲਿਆ ਵਾ ਬਿਲਕੁਲ ਹੁਣੇ ਹੁਣੇ ਅਸੀਂ ਟ੍ਰੇਲਰ ਦੇਖਿਆ ਬਹੁਤ ਹੀ ਸੋਹਣਾ ਟ੍ਰੇਲਰ ਹੈ ਵੈਸੇ ਮੈਂ ਪਹਿਲਾਂ ਵੀ ਕਹਿ ਰਹੀ ਸੀ ਜੈ ਨੂੰ ਕਿ ਅਸੀਂ ਝੂਠ ਨਹੀਂ ਬੋਲਾਂਗੇ ਉਹਨਾਂ ਨੇ ਵੀ ਕਿਹਾ ਸੀ ਜੇ ਵਧੀਆ ਲੱਗੇ ਤੁਸੀਂ ਵਧੀਆ ਕਿਉਂ ਜੇ ਤੁਹਾਨੂੰ ਨਹੀਂ ਲੱਗਾ ਤੁਸੀਂ ਨਾ ਕਿਉਂ ਪਰ ਉਹਨਾਂ ਨੇ ਕਿਹਾ ਸੀ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਊਗਾ ਔਰ ਸੀਰੀਅਸਲੀ ਬਹੁਤ ਡਿਫਰੈਂਟ ਟ੍ਰੇਲਰ ਹੈ ਬਿਲਕੁਲ ਜੀ ਦਿਨ ਰਾਤ ਅਸੀਂ ਮਿਹਨਤ ਲਾਈ 40 50 ਦਿਨ ਦਾ 50 ਦਿਨ ਦਾ ਸ਼ੂਟ ਕੀਤਾ 40 ਦੀ ਕੀ 45 47 ਲੱਗਾ ਦਿਨ ਲੱਗੇ ਤੇ ਅੱਜ ਤੱਕ ਮੈਂ ਜੋ ਗਾਣੇ ਦਾ ਕਮਾਇਆ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਇੱਥੇ ਲਾਤੀ ਬਿਲਕੁਲ ਔਰ ਮਿਲਾਂਦਾ ਇਸੇ ਉਮੀਦ ਵਿੱਚ ਹੀ ਬਿਲਕੁਲ ਔਰ ਉਹ ਉਹਦਾ ਰਿਟਰਨ ਤੁਹਾਨੂੰ ਮਿਲੂਗਾ ਬਿਕੋਜ਼ ਬਹੁਤ ਜ਼ਿਆਦਾ ਸੋਹਣਾ ਟ੍ਰੇਲਰ ਆ ਰਿਹਾ ਔਰ ਵੈਸੇ ਵੀ ਅਗਰ ਗੱਲ ਕਰ ਲਈਏ ਕਿ ਜੇ ਵੀ ਇਸ ਫਿਲਮ ਦੇ ਵਿੱਚ ਹੈਗੇ ਨੇ ਬਾਣੀ ਨਹੀਂ ਹੈ ਤੁਹਾਨੂੰ ਤੁਸੀਂ ਹਮੇਸ਼ਾ ਉਹਨਾਂ ਨੇ ਕਿਹਾ ਸੀ ਨਾ ਕਿ ਉਹਨਾਂ ਨੇ ਤੁਹਾਨੂੰ ਚੇਂਜ ਕੀਤਾ ਹੈ ਪਹਿਲਾਂ ਉਹਨਾਂ ਨੇ ਇੱਕ ਇਸ ਗਾਣਿਆਂ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਹੁਣ ਉਹਨਾਂ ਦੀ ਲੁੱਕ ਇੱਕਦਮ ਡਿਫਰੈਂਟ ਦਿਖਾਈ ਤੁਸੀਂ ਇਸ ਫਿਲਮ ਦੇ ਵਿੱਚ ਸੋ ਕਿੰਨਾ ਕਿ ਕਿੰਨੀ ਕੁ ਮਿਹਨਤ ਲੱਗੀ ਆ ਕਿੰਨਾ ਕੁ ਲੱਗਾ ਕਿ ਹਾਂ ਥੋੜਾ ਜਿਹਾ ਚੇਂਜ ਕਰਨਾ ਪਊਗਾ ਬਾਣੀ ਨੂੰ ਇਸ ਫਿਲਮ ਦੇ ਲਈ ਨਹੀਂ ਜੀ ਚਲੋ ਗਾਣੇ ਕੁਝ ਹੋਰ ਹੁੰਦੇ ਫਿਲਮ ਕੁਝ ਹੋਰ ਹੁੰਦੀ ਹੈ ਨਾ ਚੇਂਜ ਕਰਨ 'ਚ ਕੋਈ ਦਿੱਕਤ ਨਹੀਂ ਆਈ ਸੋਚੇ ਹੋਇਆ ਸੀਗਾ ਕਿ ਮੂਵੀਆਂ ਦੇ ਵਿੱਚ ਕੁਝ ਵੱਖਰੇ ਚਿਹਰੇ ਨਾ ਆਵਾਂਗੇ ਤੇ ਉਹਨਾਂ ਨੇ ਵਧੀਆ ਕਰੈਕਟਰ ਉਹਨਾਂ ਨੇ ਨਿਭਾਇਆ ਵੀ ਬਹੁਤ ਵਧੀਆ ਜੀ ਤੁਹਾਨੂੰ ਬਾਣੀ ਦੇਖ ਕੇ ਐਂ ਨਹੀਂ ਲੱਗੂਗਾ ਕਿ ਇਹਨਾਂ ਦੀ ਪਹਿਲੀ ਫਿਲਮਾਂ ਬਹੁਤ ਹੀ ਵਧੀਆ ਕੀਤਾ ਜੀ ਉਹਨਾਂ ਨੇ ਬਿਲਕੁਲ ਜੈ ਦਾ ਖਿਆਲ ਕਿੱਦਾਂ ਆਇਆ ਸੀ ਦਿਮਾਗ ਦੇ ਵਿੱਚ ਇਸ ਫਿਲਮ ਦੇ ਲਈ ਬਸ ਆਪਸ਼ਨ ਦੇ ਵਿੱਚ ਮੈਂ ਜਿਹੜਾ ਸਟੋਰੀ ਲਿਖੀ ਮੇਰੇ ਦਿਮਾਗ ਦੇ ਵਿੱਚ ਇੱਕ ਦੋ ਬੰਦੇ ਆਏ ਸੀਗੇ ਤੇ ਪਹਿਲਾਂ ਮੈਂ ਜੈ ਨੂੰ ਮਿਲਿਆ ਸਸ਼ਿਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਵਧੀਆ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਦਾ ਤੁਹਾਨੂੰ ਡੈਬਿਊ ਫਿਲਮ ਦੇ ਲਈ ਔਰ ਕਿਦਾਂ ਦਾ ਐਕਸਪੀਰੀਅੰਸ ਰਿਹਾ ਮੈਨੂੰ ਦੱਸ ਬਹੁਤ ਵਧੀਆ ਆ ਮੇਰਾ ਭਰਾ ਮੇਰੇ ਨਾਲ ਆ ਮੈਂ ਜਿੱਤ ਵੀ ਪਹੁੰਚ ਰਹੀ ਸੀ ਕਿ ਬਾਣੀ ਨੇ ਗਾਣੇ ਨੂੰ ਵੱਖ ਕਿਵੇਂ ਕੀਤਾ ਦੱਸੋ ਬਾਣੀ ਦੇ ਗਾਣੇ ਖੜਕੇ ਤੜਕੇ ਵਾਲੇ ਮੇਰੀ ਮੇਰੇ ਨਾਲ ਬਹੁਤ ਵਾਰੀ ਇਸ ਗੱਲ ਤੇ ਬਹਿਸ ਹੋਈ ਆ ਰਵਾ ਇਸ ਚੀਜ਼ ਚੋਂ ਕਢਾ ਦੇ ਮੈਨੂੰ ਕਿਉਂ ਹੈ ਨਾ ਉਹ ਕਈ ਵਾਰੀ ਹੁੰਦਾ ਉਹ ਸਾਡੀ ਟੀਮ ਨਾਲ ਸੱਚ ਸਾਰੇ ਪਰਚੇ ਨਹੀਂ ਕਰਾਉਂਦੀ ਅਸਲ 'ਚ ਬਾਣੀ ਜਮਾਨਤ ਕਰਾਉਣ ਜਾਂਦੀ ਆ ਹਾਂਜੀ ਤਾਂ ਇਦਾਂ ਕਿ ਹੁਣ ਸਾਡੀ ਸਾਰੀ ਟੀਮ ਮੁੰਡਿਆਂ ਦੀ ਆ ਨਾ ਸੋ ਮੁੰਡਿਆਂ ਨੂੰ ਜਿਹੜੀਆਂ ਚੀਜ਼ਾਂ ਪਸੰਦ ਆ ਉਹਨਾਂ ਨੇ ਮੇਰੇ ਤੋਂ ਵੀ ਕਹਿੰਦੇ ਤੂੰ ਵੀ ਸਾਡਾ ਮੁੰਡਾ ਹੀ ਆ ਉਹੀ ਚੀਜ਼ਾਂ ਮੇਰੇ ਤੋਂ ਕਰਾਉਂਦੇ ਰਹੇ ਆ ਨਾ ਤੇ ਕੁਝ ਜ਼ੋਨਰ ਵੀ ਉਹੋ ਜਿਹਾ ਵੋਕਲਸ ਨੂੰ ਸੂਟ ਕੀਤਾ ਇਹ 'ਚ ਤੁਹਾਨੂੰ ਬਹੁਤ ਕੁਝ ਡਿਫਰੈਂਟ ਦੇਖਣ ਨੂੰ ਮਿਲਿਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਸੀ ਨਾ ਕਿ ਇਹਨਾਂ ਨੇ ਹੀ ਤੁਹਾਨੂੰ ਪਹਿਲਾਂ ਉਦਾਂ ਦਾ ਸਾਰੇ ਸਾਹਮਣੇ ਉਹ ਦਿਖਾਇਆ ਹੁਣ ਦੂਜਾ ਜੋ ਰੂਪ ਹੈ ਤੁਹਾਡਾ ਉਹ ਵੀ ਇਹਨਾਂ ਦੇ ਜ਼ਰੀਏ ਹੀ ਬਾਹਰ ਆ ਰਿਹਾ ਹੈ ਨਾ ਕਿਹੜੇ ਕਿਹੜੇ ਅੱਗੇ ਫਿਲਮਾਂ ਦੇ ਵਿੱਚ ਵੀ ਅਲੱਗ ਡਿਫਰੈਂਟ ਦਿਖੋਗੇ ਐਗਜ਼ੈਕਟਲੀ ਮਾਨੀ ਕਿੱਦਾਂ ਦਾ ਲੱਗਾ ਕੰਮ ਕਰਕੇ ਜੈ ਦੇ ਨਾਲ ਬਿਕਾਜ਼ ਵੈਸੇ ਤੁਸੀਂ ਕਿਹਾ ਤੁਸੀਂ ਬਹੁਤ ਚੰਗੇ ਦੋਸਤ ਹੋ ਲੇਕਿਨ ਇੱਕ ਐਜ਼ ਅ ਆਰਟਿਸਟ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਰਟਿਸਟ ਇਹਨਾਂ ਦੀ ਹਮੇਸ਼ਾ ਇਹ ਕੰਪਲੇਂਟ ਹੁੰਦੀ ਸੀ ਵੀ ਬਾਣੀ ਸੈੱਟ ਤੇ ਛੇਤੀ ਨਹੀਂ ਓਪਨ ਅਪ ਹੁੰਦੀ ਜਦੋਂ ਨੂੰ ਮੇਰਾ ਗਾਣਾ ਖਤਮ ਹੁੰਦਾ ਸੀ ਉਦੋਂ ਨੂੰ ਮੈਂ ਜਾ ਕੇ ਕਿਸੇ ਆਰਟਿਸਟ ਨਾਲ ਕੰਫਰਟੇਬਲ ਹੋਣਾ ਸਟਾਰਟ ਹੁੰਦੀ ਸੀ ਤਾਂ ਮੈਨੂੰ ਜੈ ਨਾ ਇੱਥੇ ਈਜ਼ੀ ਲੱਗਾ ਕਿਉਂਕਿ ਪਹਿਲਾਂ ਜਾਣਦੇ ਹੋਣ ਕਰਕੇ ਨਾ ਸੋ ਕੁਛ ਸਾਡੀ ਟੀਮ ਹੀ ਆਪਦੀ ਸੀ ਜੱਸੀ ਵੀਰੇ ਦੀ ਮੂਵੀ ਲਿਖੀ ਹੋਈ ਹੈ ਪ੍ਰੋਡਿਊਸਰ ਵੀ ਕਰਦੇ ਰਾਈਟਰ ਵੀ ਕਰਦੇ ਪ੍ਰੋਡਕਸ਼ਨ ਵੀ ਕਰਦੇ ਫਿਰ ਉਹ ਸੌਖਾ ਹੋ ਗਿਆ ਘਰ ਵਾਲਾ ਹੀ ਫੀਲ ਸੀਗਾ ਸੋ ਕਿਉਂਕਿ ਗਾਣੇ ਔਰ ਫਿਲਮ ਬਿਲਕੁਲ ਡਿਫਰੈਂਟ ਹੁੰਦੀ ਹੈ ਨਾ ਸੋ ਕਿੰਨਾ ਕੁ ਔਖਾ ਰਿਹਾ ਫਿਲਮ ਦੇ ਜਿੱਦਾਂ ਡਾਇਲੌਗਸ ਹੁੰਦੇ ਸੀ ਕਿੰਨੀ ਕੁ ਵਾਰ ਰਿਪੀਟ ਟੇਕ ਲੈਣੇ ਪੈਂਦੇ ਹੁੰਦੇ ਸੀਗੇ ਵੈਸੇ ਇੰਨਾ ਔਖਾ ਤਾਂ ਨਹੀਂ ਲੱਗਿਆ
मैनू परसों भी पुछते क्लासा लीतियाँ क्या नो बिकॉज असल च की है मेरी भी शुरुआत पहला मूवीज तो ही होनी सी वीरे दी भी मूवी लिखन तो ही होनी सी है ना वीरा भी पहला मूवी ही लिखदा सी बाणी ने दस्सिया नहीं बाणी ने पहला एक मूवी कीती अद्धी के विच छड़ती सी फिर उस तो बाद पता लगा कि अगले दिन हीरोइन चेंज उन्होंने मैंने फिर बुलाया पर मैं गई नहीं ये सोच के कि छोटा ज्यादा करैक्टर है हाँ, ना तो वह मैं लगता जो हूँ मैं उदा आ जाती मेरे लिए कितना ना कितने औखा हो जाना मानी डेब्यू फिल्म तुम प्रीमियर से जाते रहे हो लेकिन इस बार खुद ही मूवी लिए प्रीमियर से जाना है और तालियां सुननी है वो कि एक्साइटेड हो बिकॉज बहुत वही गल हों अपने आप में जो स्क्रीन पर देखना दर्शक तुम्हें देख रहे हैं वो कि बहुत ज़्यादा एक्साइटेड है थैंक यू सो मच एंड बहुत बहुत मुबारक थानू फिल्म के लिए उम्मीद करते हैं इदा इंडस्ट्री होर सोहनिया सोहनिया फिल्मों बिल्कुल थैंक यू सो मच